ਤਤ ਮਾਕੇ ਦੇ ਨਾਲ ਪੂਰਾ ਬਲੋਚਿਸਤਾਨ ਕੰਬੁੱਟਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਖਾਣਾ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਬਲੋਚਿਸਤਾਨ ਦੇ ਵਿੱਚ ਜਿੱਥੇ 20 ਲੋਕਾਂ ਦੀ ਹੋ ਚੁੱਕੀ ਹੈ ਜਦ ਕਿ ਸੱਤ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਹੜੇ ਖਾਣਾ ਦੇ ਵਿੱਚ ਲੋਕ ਕੰਮ ਕਰ ਰਹੀ ਸੀਗੇ ਮਜ਼ਦੂਰ ਉਹਨਾਂ ਪੰਜ ਮਜ਼ਦੂਰਾ ਦੀ ਦੱਸਦੀ ਕਿ ਹਾਲਤ ਪੰਜ ਤੋਂ ਸੱਤ ਮਜ਼ਦੂਰ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਔਰ 20 ਮਜ਼ਦੂਰ ਜਿਹੜੇ ਆ ਉਹਨਾਂ ਦੀ ਮੌਤ ਹੋ ਚੁੱਕੀ ਹੈ ਕੋਲੇ ਦੀ ਖਾਨ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਹਥਿਆਰਬੰਦ ਵਿਅਕਤੀਆਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਪੂਰੇ ਦਾ ਪੂਰਾ ਇਲਾਕਾ ਕੰਬੁੱਟਿਆ ਦੱਸਦੇ ਕਿ ਪਾਕਿਸਤਾਨ ਤੇ ਬਲੋਚਿਸਤਾਨ ਦੇ ਸਰਹੱਦੀ ਖੇਤਰ ਤੇ ਇਹ ਕੋਲੇ ਦੀਆਂ ਖਾਨਾਂ ਨੇ ਜਿਸ ਕੋਲੇ ਦੀ ਖਾਨ ਦੇ ਵਿੱਚ ਹਥਿਆਰਬੰਦ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਔਰ ਹਮਲੇ ਦੇ ਨਾਲ ਇੱਕ ਵਾਰੀ ਪੂਰਾ ਇਲਾਕਾ ਜਿਹੜਾ ਆ ਉਹ ਕੰਬੁੱਟਿਆ 20 ਲੋਕਾਂ ਦੀ ਮੌਤ ਹੋ ਚੁੱਕੀ ਹੈ 20 ਮਜ਼ਦੂਰਾਂ ਦੀਆਂ ਲਾਸ਼ਾਂ ਮਿਲੀਆਂ ਨੇ ਜਦਕਿ 6-7 ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤਾ ਡੂਕੀ ਦੇ ਖੇਤਰ ਦੇ ਵਿੱਚ ਜੁਨੈਦ ਕੋਲਾ ਕੰਪਨੀਆਂ ਦੀਆਂ ਖਾਨਾਂ ਨੇ ਜਿਹੜੀਆਂ ਕਿ ਸਰਹੱਦੀ ਖੇਤਰ ਦੇ ਵਿੱਚ ਨੇ ਤਾਂ ਉਥੇ ਰਾਕਟ ਅਤੇ ਗਰਨੇਡ ਸੁੱਟੇ ਗਏ ਨੇ ਜਿਸ ਕਾਰਨ ਖਾਨਾਂ ਦੇ ਵਿੱਚ ਬਲਾਸਟ ਹੋਇਆ ਔਰ ਬਲਾਸਟ ਇਨਾਕ ਜਿਆਦਾ ਭਿਆਨਕ ਸੀ ਕਿ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 6 ਤੋਂ 7 ਲੋਕ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਹਾਲਾਂਕਿ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਬੜੀ ਹੀ ਨਾਜ਼ੁਕ ਦੱਸੀ ਜਾ ਰਹੀ ਹੈ ਬੜੀ ਹੀ ਗੰਭੀਰ ਦੱਸੀ ਜਾ ਰਹੀ ਹੈ ਪਰ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਜਿਹੜੇ ਜ਼ਖਮੀ ਨੇ ਅਤੇ ਜਿਹੜੇ ਮਰਨ ਵਾਲੇ ਨੇ ਉਹਨਾਂ ਦੇ ਵਿੱਚੋਂ ਤਿੰਨ ਜਿਹੜੇ ਨੇ ਉਹ ਅਫਗਾਨਿਸਤਾਨ ਦੇ ਨੇ ਬਿਲਕੁਲ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਦੇਸ਼ਾਂ ਤੋਂ ਲੋਕ ਕੰਮ ਕਰ ਰਹੇ ਸੀਗੇ ਔਰ ਜ਼ਿਆਦਾਤਰ ਬਲੋਚਿਸਤਾਨ ਦੇ ਸੀਗੇ ਮਜ਼ਦੂਰ ਜਿਹੜੇ ਖਾਣ ਦੇ ਵਿੱਚ ਕੰਮ ਕਰ ਰਹੇ ਸੀ ਜਦੋਂ ਇਹ ਧਮਾਕਾ ਹੋਇਆ ਜਦੋਂ ਗਰਨੇਡ ਫੜਿਆ ਜਦੋਂ ਰਾਕਟ ਲਾਂਚਰ ਉੱਥੇ ਸੁੱਟੇ ਗਏ ਔਰ ਸੁੱਟਦੇ ਅਸਾਰ ਹੀ ਧਮਾਕਾ ਹੋ ਜਾਂਦਾ ਹੈ ਖਾਣ ਦੇ ਵਿੱਚ ਤਾਂ ਮੌਕੇ ਤੇ ਉੱਥੇ ਜਿਹੜੇ ਮਜ਼ਦੂਰ ਕੰਮ ਕਰ ਰਹੇ ਸੀ ਉਹਨਾਂ ਦੇ ਉੱਪਰ ਇਹ ਕਹਿਰ ਟਾਇਆ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 7 ਲੋਕ ਜ਼ਖਮੀ ਹੋ ਚੁੱਕੇ ਨੇ ਹੋਰ ਲੋਕ ਵੀ ਸੀ ਉੱਥੇ ਜਿਨ੍ਹਾਂ ਨੇ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ ਨੇ ਜਦੋਂ ਹਮਲਾ ਹੋਇਆ ਥੋੜੀ ਦੂਰੀ ਤੇ ਤਾਂ ਉਹਨਾਂ ਨੇ ਭੱਜ ਕੇ ਆਪਣੀਆਂ ਜਾਨਾਂ ਜ਼ਰੂਰ ਬਚਾਈਆਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਬਾਕੀ ਜਿਹੜੇ ਨੇ ਅੱਛੇ ਤੋਂ 7 ਲੋਕ ਜ਼ਖਮੀ ਹੋਏ ਨੇ ਤੇ 20 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਬਲੋਚਿਸਤਾਨ ਦੇ ਵਿੱਚ ਸਭ ਤੋਂ ਵੱਡਾ ਬੰਬ ਧਮਾਕਾ ਦੱਸਿਆ ਜਾ ਰਿਹਾ ਹੈ ਕੁਝ ਹਥਿਆਰਬੰਦ ਵਿਅਕਤੀਆਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਸੀ ਗਰਨੇਡ ਸੁੱਟੇ ਗਏ ਰਾਕਟ ਸੁੱਟੇ ਗਏ ਜਿਸ ਕਾਰਨ ਕੋਲੇ ਦੀਆਂ ਖਾਨਾ ਦੇ ਵਿੱਚ ਧਮਾਕਾ ਹੋਇਆ ਹਾਲਾਂਕਿ ਹੁਣ ਇਹ ਪੁਸ਼ਟੀ ਜ਼ਰੂਰ ਕੀਤੀ ਜਾ ਰਹੀ ਹੈ ਕਿ ਹਥਿਆਰਬੰਦ ਵਿਅਕਤੀ ਕੌਣ ਸੀ ਕਿੱਥੋਂ ਦੇ ਇਹ ਰਹਿਣ ਵਾਲੇ ਨੇ ਕਿਸ ਦੇ ਨਾਲ ਕਿਹੜੀ ਗੈਂਗ ਦੇ ਨਾਲ ਸੁਮੰਦ ਰੱਖਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 20 ਲੋਕਾਂ ਦੀ ਇਸ ਬੰਬ ਧਮਾਕੇ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ 7 ਲੋਕ ਜਿਹੜੇ ਨੇ ਉਹ ਭਿਆਨਕ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਘਟਨਾ ਦੀ ਜਾਂਚ ਦੇ ਵਾਸਤੇ ਟੀਮਾਂ ਤਿਆਰ ਕਰ ਦਿੱਤੀਆਂ ਗਈਆਂ ਨੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਹਮਲੇ ਨੂੰ ਕਿੰਨੇ